ओके सत श्री अकाल, मेरा नाम पगपग दीपक और मेरे नाल है कंठ कलेर भाजी और अज असी जिन्हां दा मुर्गा बनाने जा रहे हैं उन्हां दा नाम है मास्टर सलीम जी। बहुत सुरीले ने ते बड़े अच्छे पंगार ने और देखते हैं कि उन्हां नूं अज गुस्सा आएगा कि नहीं आएगा। करिए कॉल। हेलो सलीम जी। हाँ जी कंठ बोलिया सी कलेर, की हाल चाल वीरे? ठीक हो पाजी? पाजी किदा कलेर पाजी? सुत्ता जी। और किदा, बिजी तो नहीं किते? नहीं मैं सुत्ता उठे हूं। सुत्ता सी? अच्छा अच्छा, सुत्ते उठे हो? क्या सुखा सब ठीक ठाक है? हाँ हाँ वधिया वधिया। किथे है तू? मैं यार बस घर ही सीगा। मेरा गाना सुनया सी? सिलसिला? हाँ 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 सिलसिला। हाँ जी हाँ जी भाई जी, मैं शेयर किया सिलसिला। शेयर भी लेट ही किया ते मेनू उदण ही थोड़ा जा लग रहा सी। नहीं मैं ठीक है, की गल हुई? उन्हें यार मन्या यार, तुसी हुण देखो मेनू पता तुहाडे वर्गा तां मैं गा नहीं सकदा ना भाजी। किदां दी गल्लां करदे तुसी, की होया तुहानू? नहीं गल पता की है, हर एक दा अपना अपना, हर एक दा अपना अपना टोन है, अपना अपना आवाज है यार। ਉਦੋਂ ਨਾ ਬਿਜ਼ੀ ਸੀਗਾ ਭਾਜੀ, ਤਾਂ ਕਰਕੇ ਮੈਂ ਕਰ ਨਹੀਂ ਪਾਇਆ। ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਤੁਹਾਨੂੰ ਇਹ ਗਾਣਾ ਕਿਸੇ ਨੇ ਕੋਈ ਪਹਿਲਾਂ ਕਿਹਾ ਸੀ ਕਿ ਵੀ, ਜਾਂ ਤੁਹਾਡੇ ਕੋਈ ਲੈ ਕੇ ਆਇਆ ਸੀ ਇਹ ਗਾਣਾ? ਨਹੀਂ ਭਾਜੀ। ਓ ਯਾਰ ਮੈਨੂੰ ਤਾਂ ਪਤਾ ਹੀ ਹੈ, ਚਲੋ ਮੈਂ ਕਿੰਨਾ ਕੁ ਗਾਉਣਾ ਜਾਂ ਮੈਨੂੰ ਆਪਣੀ ਰੇਂਜ ਦਾ ਪਤਾ ਨਾ, ਪਰ ਚਲੋ ਕਿਸੇ ਬਾਰੇ ਇਦਾਂ ਵੀ ਨਹੀਂ ਕਹਿਣਾ ਚਾਹੀਦਾ ਯਾਰ। ਕੀ ਹੋਇਆ? ਚਲੋ ਕਿਹਾ ਕੀ ਆ ਮੈਨੂੰ? ਚਲੋ ਚਲੋ ਛੱਡੋ ਛੱਡੋ ਯਾਰ, ਜੇ ਤੁਸੀਂ ਨਹੀਂ ਕਿਹਾ ਤਾਂ ਰਹਿਣ ਦਿਓ ਯਾਰ। ਮੈਂ ਕਦੇ ਕਿਹਾ ਕਦੇ ਯਾਰ? ਦੇਖ ਪਤਾ ਕੀ ਆ, ਨਾ ਤਾਂ ਮੈਂ ਹੀ ਬੱਚਾ ਨਾ ਤੁਸੀਂ ਬੱਚੇ ਆ ਨਾ, ਇਹਨਾਂ ਨਿਆਣੇ ਵੀ ਨਹੀਂ ਬਣਨਾ ਚਾਹੀਦਾ, ਤੁਹਾਨੂੰ ਪਤਾ ਸਾਰਾ ਕੁਛ ਯਾਰ। ਕਲੇਰ ਭਾਜੀ ਖੁੱਲ ਕੇ ਗੱਲ ਕਰੋ, ਤੁਸੀਂ ਦੱਸੋ ਕਿਹੜੇ ਮੇਲੇ ਦੀ ਗੱਲ ਕਰਦੇ ਆ, ਕਿੱਥੇ ਗਿਆ? ਮੈਂ ਤਾਂ ਤੁਹਾਡੀ ਗੱਲ ਤੱਕ ਨਹੀਂ ਕੀਤੀ ਕਿਸੇ ਨੇ ਯਾਰ। ਮੈਂ ਕੀ ਖੁੱਲ ਕੇ ਕਰਨੀ ਆ? ਖੁੱਲ ਕੇ ਤੁਸੀਂ ਕਰੋ, ਜਿੱਥੇ ਮਰਜ਼ੀ ਮੇਰੇ ਨਾਲ ਆ ਜਾਓ ਯਾਰ, ਤੁਸੀਂ ਕਰ ਲਓ ਖੁੱਲ ਕੇ ਗੱਲ। ਕੀ ਕਿਹਾ ਤੁਹਾਨੂੰ ਕਿਸੇ ਮੇਰੇ ਮਹਿਰੇ ਬਾਰੇ ਜਾਂ ਤੁਹਾਡੇ ਬਾਰੇ ਮੈਂ ਕੀ ਕਿਹਾ ਕੁਛ? ਯਾਰ ਤੁਸੀਂ ਕਿਸੇ ਨੂੰ ਕਿਹਾ ਹੋਣਾ ਯਾਰ, ਉਹਨੂੰ ਤਾਂ ਦੋ ਸੁਰਾਂ 'ਚ ਗਾਉਂਦਾ ਬੰਦਾ ਹੋਊ, ਉਹਨੂੰ ਗਾਉਣਾ ਆਉਂਦਾ ਕੋਈ? ਜੱਗੀ ਬੋਲ ਰਿਹਾ ਜੀ। ਜੱਗੀ ਕੌਣ ਜੀ? ਭਾਜੀ ਉਹ ਐਕਚੁਅਲੀ ਮੈਂ ਤਾਂ ਕਹਿ ਰਿਹਾ, ਮੈਂ ਕਿਹਾ ਭਾਜੀ ਹੁਣੀ ਮਜ਼ਾਕ ਕਰ ਰਹੇ ਸੀ ਉਸ ਦਿਨ, ਉਹ ਭਾਜੀ ਗੁੱਸਾ ਕਰ। ਕਿਹੜਾ ਜੱਗੀ ਬੋਲਦਾ ਤੂੰ? ਮੈਂ ਭਾਜੀ ਜੱਗੀ ਬੋਲ ਰਿਹਾ ਨਾ। ਉਹ ਜੱਗੀ ਕੌਣ ਭਾਜੀ? ਆਪਾਂ ਸੀਗੇ, ਮੈਂ ਭਾਜੀ ਐਕਚੁਅਲੀ ਨਾ, ਮੈਂ ਮਤਲਬ ਮੇਰਾ ਇਹ ਨਹੀਂ ਸੀ, ਮੈਂ ਇਹਨਾਂ ਨੂੰ ਕਿਹਾ ਕਿ ਮਤਲਬ ਤੁਸੀਂ, ਮੈਂ ਕਿਹਾ ਉਹ ਤਾਂ ਮਜ਼ਾਕ ਕਰ ਰਹੇ ਸੀਗੇ ਕਿ ਉਹ, ਮੈਨੂੰ ਨਹੀਂ ਪਤਾ ਸੀ ਭਾਜੀ ਗੁੱਸਾ ਕਰ ਜਾਣਗੇ। ਯਾਰ ਤੇਰਾ ਮਜ਼ਾਕ ਹੋ ਜਾਣਾ ਸੀ, ਸਾਡੀ ਲੜਾਈ ਹੋ ਜਾਣੀ ਸੀ ਬਹੁਤ ਵੱਡੀ। ਭਾਜੀ ਤੁਸੀਂ ਉਸ ਦਿਨ ਕਹਿ ਤਾਂ ਰਹੇ ਸੀਗੇ, ਸੋਚ ਸਮਝ ਕੇ ਗੱਲ ਕਰਿਆ ਕਰ ਯਾਰ, ਤੂੰ ਜਿੱਥੇ ਵੀ ਆ ਤੂੰ ਕੌਣ ਹੈ ਯਾਰ? ਤੁਸੀਂ ਭਾਜੀ ਉਸ ਦਿਨ ਕਹਿ ਤਾਂ ਰਹੇ ਸੀਗੇ ਕਿ ਉਹ ਕੰਠ ਭਾਜੀ ਕਿਹੜਾ ਸੁਰ ਲਾ ਲੂਗੇ ਮੇਰੇ ਬਰਾਬਰ। ਲੈ ਯਾਰ ਬਕਵਾਸ ਨਾ ਕਰਿਆ ਕਰੋ ਯਾਰ, ਤੁਸੀਂ ਇੱਦਾਂ ਨਾ ਕਰਿਆ ਕਰੋ, ਚੰਗੇ ਭਲੇ ਬੰਦੇ ਦੀ ਤੁਸੀਂ ਮਿੱਟੀ ਪਲੀਤ ਕਰ ਦਿੰਦੇ ਆ ਯਾਰ। ਭਾਜੀ ਉਸ ਦਿਨ ਤੁਸੀਂ ਕਿਹਾ ਤਾਂ ਸੀਗਾ, ਹੁਣ ਤੁਸੀਂ ਗੱਲਾਂ ਬਣਾਉਂਦੇ ਹੋ ਯਾਰ। ਤੂੰ ਯਾਰ ਬਾਤਰੀ ਦਿਨ ਤਾਂ ਮੈਂ ਤੇਰੇ ਤੋਂ ਕੀ ਲੈਣਾ ਯਾਰ, ਇੱਟ ਪਿੱਛੇ ਕਰਨ ਦੀ ਲੋੜ ਹੀ ਨੀ ਸਾਨੂੰ, ਅਸੀਂ ਮੂੰਹ ਪਿੱਛੇ ਮੂੰਹ ਅੱਗੇ ਗੱਲ ਕਰਨ ਦੇ ਬੰਦੇ ਆ। ਮੂੰਹ ਤੇ ਮੂੰਹ, ਮੂੰਹ ਤੇ ਮੂੰਹ ਦੇ ਮਤਲਬ ਸਾਹਮਣੇ, ਮੂੰਹ ਤੇ ਮੂੰਹ ਚ ਮੂੰਹ ਗੱਲ ਕਰਨ ਵਾਲੇ ਲੋਕ। ਕੀ ਮੂੰਹ 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 ਲਾਈ ਹੋਈ ਆ, ਗੱਲ ਤੇ ਸਮਝ ਨਹੀਂ ਆ ਰਹੀ ਤੁਹਾਡੀ? ਇੱਕ ਵਾਰੀ ਤੂੰ ਮੇਰੇ ਸਾਹਮਣੇ ਆ ਤੇਰੇ ਮੈਂ ਮਾਰੂ ਜੁੱਤੀਆਂ ਤੇ ਤੂੰ ਗਿਣ ਵੀ ਨਹੀਂ ਪਾਉਂਗਾ। ਮਾਮਾ 100 ਜੁੱਤੀਆਂ ਮਾਰੂੰਗਾ, 99 ਤੋਂ ਫੇਰ ਭੁੱਲ ਜਾਇਆ ਕਰੂੰਗਾ, ਫੇਰ ਦੁਬਾਰਾ ਸਟਾਰਟ ਕਰੂੰਗਾ। ਕਲੀਅਰ ਭਾਜੀ ਨੂੰ ਲੈ ਕੇ ਮੇਰੇ ਸਾਹਮਣੇ ਆ ਜਰਾ, ਆਪਾਂ ਆਪੇ ਗੱਲ ਕਲੀਅਰ ਕਰ ਲਾਂਗੇ। ਇਹਨੂੰ ਮੇਰੇ ਇੱਕ ਵਾਰੀ ਸਾਹਮਣੇ ਲੈ ਕੇ ਆਓ। ਮੈਂ ਲੈ ਕੇ ਆਉਣਾ ਯਾਰ, ਮੈਨੂੰ ਮੇਰਾ ਨਾ ਬਹੁਤ ਮਨ ਸੜਿਆ ਪਿਆ, ਦੁਖਿਆ ਪਿਆ, ਮੈਂ ਇਹਨੂੰ ਲੈ ਕੇ ਆਉਣਾ, ਕੰਨੋਂ ਫੜ ਕੇ ਮੁੱਕੇ ਮਾਰ ਮਾਰ ਬੁੱਲ ਫਾੜ ਦੇ ਤੇ ਮੇਰਾ ਨਾਮ ਡਾਲ। ਬੁੱਲ ਫਾੜ, ਬੁੱਲ ਭਗਾਨਾ ਜਿਹੜਾ ਫਾੜ ਦੇ, ਪਤਾ ਹੈ ਮੈਂ ਪਗ ਪਗ ਦੀਪਕ ਬੋਲ ਰਿਹਾ ਰੇਡੀਓ ਮਿਰਚੀ ਤੋਂ। ਬਹੁਤ ਬੁੱਢੇ ਮੁੱਦੀ ਤੁਸੀਂ ਕਹਿੰਦੇ ਕੀ ਹੈ? ਬਹੁਤ ਬਹੁਤ ਬੁੱਢੇ ਮੁੱਦੀ ਬੋਲਣਾ ਪੈਣਾ ਭਾਜੀ, ਕਹਿਣਾ ਪੈਣਾ ਤੇ ਲਵ ਯੂ ਵੀ ਕਹਿਣਾ ਪੈਣਾ।